ਅਸਲਾਮ ਵਾਲੀਕੁਮ ਗਾਇਸ, ਕੀ ਹਾਲ ਚਾਲ ਨੇ ਤੁਹਾਡੇ? ਠੀਕ ਹੋ? ਉਮੀਦ ਕਰਦੇ ਸਾਰੇ ਖੈਰੀਅਤ 'ਚ ਹੋਣਗੇ। ਗਾਇਸ, ਕਾਫੀ ਦੇਰ ਤੋਂ ਬਾਅਦ ਅਸੀਂ ਦੁਬਾਰਾ ਵਲੋਗ ਸਟਾਰਟ ਕੀਤੇ ਆ। ਤਕਰੀਬਨ 6 ਮਹੀਨੇ ਗੁਜ਼ਰ ਕੇ ਵਲੋਗ ਨਹੀਂ ਬਣਾਇਆ। ਦੁਬਾਰਾ ਸਾਨੂੰ ਖਿਆਲ ਆਇਆ ਕਿ ਮਾਸ਼ਾਅੱਲਾ ਵਲੋਗ ਸਟਾਰਟ ਕਰੀਏ। ਸਾਡਾ ਇੱਕ ਯੂਟਿਊਬ ਚੈਨਲ ਵੀ ਹੈ, ਸ਼ੋਰਟ ਅਸੀਂ ਵੀਡੀਓ ਕਾਫੀ ਸਿੱਟਦੇ ਰਹੇ, ਕਦੀ ਮਜ਼ਾਇਆ ਕਦੀ ਫਿਲਮੀ ਡਾਇਲੋਗਸ ਵਗੈਰਾ। ਤੋ ਗਾਇਸ, ਇਸੀ ਕੇ ਸਾਥ ਅੱਜ ਦਾ ਵਲੋਗ ਸਟਾਰਟ ਕਰਦੇ ਹਾਂ। ਮੇਰੇ ਨਾਲ ਬੈਠੇ ਹੋਏ ਆ ਦੁਬਾਰਾ ਅਤੇ ਮੇਰੇ ਭਰਾ ਦੋਸਤ ਇਮਰਾਨ ਅਬੂ ਬਕਰ ਸ਼ਫੀਕ ਮੇਰੇ ਸਾਥ ਬੈਠੇ ਹੋਏ। ਸਾਡਾ ਅੱਜ ਦਾ ਵਲੋਗ ਇਹ ਆ ਕਿ ਗਾਓ ਵਿੱਚ ਪੌਦੇ ਲਗਾਏ ਜਾ ਰਹੇ ਆ। ਕਮੇਟੀ ਇੱਕ ਦੇ ਨਾਲ ਸ਼ਾਮਿਲ ਹੋ ਕੇ ਪੌਦੇ ਲਾਉਂਦੇ, ਸਵਾਦ ਦਾ ਕੰਮ। ਕਾਫੀ ਸਾਰੇ ਪੌਦੇ ਲੱਗੇ ਆ ਫਿਲਹਾਲ। ਇਹ ਗਰਾਊਂਡ, ਗਰਾਊਂਡ 'ਚ ਪੌਦੇ ਲਗਾਏ ਸੀਗੇ ਪਹਿਲੇ। ਅੱਜ ਦਾ ਸਟਾਰਟ ਵਲੋਗ ਇੱਥੋਂ ਕਰਦੇ ਹਾਂ। ਤੋਂ ਬਾਅਦ ਸਾਨੂੰ ਜਗ੍ਹਾ ਪਰ ਪਹੁੰਚ ਗਏ ਜਾਂ ਫਿਰ ਪੌਦੇ ਲੱਗੇ ਆ। ਆ ਗਏ ਇੱਧਰ ਇਮਰਾਨ ਭਾਈ, ਟਕਾ ਟਕਾ ਵਜਾ ਰਹੇ। ਚਲੋ ਚਲੋ, ਇਹ ਅੱਛਾ ਗਾਇਸ ਪਹੁੰਚ ਗਏ ਹਾਂ ਜੀ ਉਸੇ ਗਲੀ 'ਚ ਜਿੱਥੇ ਪੌਦੇ ਲਗਾਏ ਜਾਂਦੇ ਪਏ ਆ ਜੀ। ਤਿੰਨ ਚਾਰ ਪਹਿਲੇ ਇੱਥੇ ਗਮਲੇ ਹੈਗੇ, ਮੇਰੇ ਨਾਲ ਦੋ ਕਮਲੇ ਹੈਗੇ। ਗਮਲੇ ਅਤੇ ਕਮਲੇ ਜਦੋਂ ਆ ਜਾਂਦੇ ਨਾ ਉਦੋਂ ਪੌਦਾ ਤਰੱਕੀ ਕਰਦਾ। ਕੀ ਹਾਲ ਚਾਲ ਤੁਹਾਡੇ? ਬੰਦ ਕਰ ਲਾ ਕੈਮਰਾ, ਬੰਦ ਕਰ ਦਿਆਂਗੇ। ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ ਗਾਇਸ, ਮੇਰੇ ਕਾਫੀ ਦਿਨਾਂ ਤੋਂ ਗੁੱਸੇ ਵਿੱਚ ਰਹਿੰਦੇ ਅੱਜ ਕੱਲ੍ਹ, ਪਤਾ ਨਹੀਂ ਕਿਉਂ ਮਸ਼ੂਕ ਛੱਡ ਗਈ। ਆਓ ਤੁਹਾਨੂੰ ਪੌਦੇ ਦਿਖਾਈਏ। ਸਾਡਾ ਬੱਕਰ ਭਾਈ ਮਸੀਤੇ ਵੜ ਗਿਆ ਪਿਸ਼ਾਬ ਵਾਸਤੇ। ਤੁਹਾਨੂੰ ਪਤਾ ਖਰਚਾ ਅਸੀਂ ਵੱਢਦੇ ਨੇ, ਵਾਹਵਾ ਜਾ ਰਹੀਆਂ। ਪੌਦੇ ਲੈਣ ਚੱਲੇ ਆ। ਚੁੱਕਰ ਵੇ ਕੁੱਤੇ। ਗਾਇਸ ਅਸੀਂ ਪਹੁੰਚ ਚੁੱਕੇ ਹਾਂ ਆਪਣੇ ਪੌਦਿਆਂ ਦੀ ਤਰਫ। ਸਾਡੇ ਦਾਨੇ 'ਚ ਵੇਖ ਤਾਂ ਤੁਸੀਂ ਦੇਖ ਸਕਦੇ ਹਾਂ, ਬੜਾ ਰੁੱਸਿਆ ਹੋਇਆ। ਕਹਿੰਦਾ ਕੋਈ ਫਾਇਦਾ ਨਹੀਂ ਵਲੋਗਿੰਗ ਦਾ। ਉਹ ਤੁਹਾਨੂੰ ਪਤਾ ਜੀ, ਰੋਸੀ ਜਾਂਦੇ ਫਿਰ ਜਦੋਂ ਛੱਡ ਦੇਣੀ ਵਿੱਚ। ਗਾਇਸ ਦੇਖ ਸਕਦੇ ਹਾਂ ਆਪਣੇ ਪੌਦੇ ਗਿਰਵਾ ਦੇਣੇ ਇਹਨਾਂ ਨੇ। ਇਹ ਪੌਦੇ ਲਾਉਣ ਵਾਲੀਆਂ ਸ਼ਕਲਾਂ ਹੈਗੀਆਂ। ਇਹਨਾਂ ਦੇ ਪੌਦਾ ਲਾਉਣਾ ਅਤੇ ਇਹਨਾਂ ਦਾ ਦਰਵਾਜ਼ਾ ਤਾਂ ਖੜਕਾਉਣਾ ਹੀ ਹੈ, ਕਿਉਂ ਬੱਕਰ ਭਾਈ? ਹਾਂਜੀ ਬਿਲਕੁਲ ਜੀ, ਉਹ ਆ ਕੇ ਫਿਰ ਪਾਣੀ ਛਾਣੀ ਦਾ ਇੰਤਜ਼ਾਮ ਕਰ ਲਓ। 2 hours later ਵਿੱਚ ਵਿੱਚ ਲੜੀ ਵੀ ਜਾਂਦੇ ਆ। ਤੂੰ ਕੀ ਕਰਨ ਲੱਗਾ? ਕੰਮ ਕਰਨ ਲੱਗਾ ਵਾ, ਉਹ ਰਹਿਣ ਦੇ ਵਲੋਗ ਖਰਾਬ ਹੋ ਜਾਣਾ। ਕੀ ਕਹਿੰਦਾ ਦੁਬਾਰਾ ਬੋਲ। ਉਹਦਾ ਸਾਡਾ ਕੰਮ ਦਿੱਤੇ ਰਹੇ ਨਾ, ਹੁਣ ਵੀ ਬਿੱਲਾ ਦੇ ਫੜ ਲਾ ਹੁਣ ਤੂੰ ਆਪੇ ਕਿ ਆਪਣਾ ਸਮਝ ਰਹੇ ਹੋ, ਸਮਝ ਰਹੇ ਹੋ? ਓਹੋ ਤੁਸੀਂ ਦੇਖਿਆ, ਅਸੀਂ ਮਾਸ਼ਾਅੱਲਾ ਪਹਿਲੇ ਵਲੋਗ 'ਚ ਬੜੀ ਖੱਪ ਪਾਈ ਅਤੇ ਨਾਲੇ ਪੌਦੇ ਪੌਦੇ ਲਾਏ, ਵਾਹਵਾ ਮਿਹਨਤ ਕੀਤੀ ਮੇਰੇ ਨਾਲ ਦਿਆਂ ਨੇ ਅਤੇ ਮੈਂ। ਗਾਇਜ਼ ਮਿਲਦੇ ਹਾਂ ਤੁਹਾਨੂੰ ਅਗਲੇ ਵਲੋਗ 'ਚ, ਸਾਡੇ ਨਾਲ ਲਈਗਾ ਸਾਡਾ
ਚੈਨਲ ਜਿਹੜਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਚੰਗਾ ਜੀ, ਖੁਦਾ ਹਾਫਿਜ਼।